ਪੰਜਾਬੀ ਨਿਊਜ਼ ਟੂਡੇ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ। ਜਿੱਥੇ ਕਿ NIA ਨੇ ਪੁੱਛਿਆ ਅੰਮ੍ਰਿਤਪਾਲ ਦੇ ਚਾਚੇ ਤੋਂ ਸਵਾਲ। ਜੀ ਹਾਂ, ਉਹਨਾਂ ਨੇ ਆਪਣੇ ਸਵਾਲ ਦੇ ਜਵਾਬ ਦੇ ਵਿੱਚ ਕੀ ਕਿਹਾ, ਇਸ ਦੇ ਬਾਰੇ ਤੁਹਾਨੂੰ ਜ਼ਰੂਰ ਦੱਸਾਂਗੇ। ਅੱਜ ਤੜਕੇ ਸਵਖਤੇ ਹੀ ਅੰਮ੍ਰਿਤਪਾਲ ਸਿੰਘ ਦੇ ਚਾਚਾ ਅਤੇ ਹੋਰ ਪਰਿਵਾਰਕ ਮੈਂਬਰ ਅਤੇ ਸਮਰਥਕਾਂ ਦੇ ਘਰ ਜਿਹੜੀ ਹੈ NIA ਦੀ ਰੇਡ ਹੋਈ ਹੈ। ਸੋ ਬਿਨਾਂ ਕੁਝ ਦੱਸੇ ਜਿਹੜੀ ਹੈ ਇਹ ਰੇਡ ਹੋਈ ਹੈ। ਤੋ ਆਖਿਰਕਾਰ ਇਸ ਰੇਡ ਦਾ ਕਾਰਨ ਕੀ ਹੈ, ਇਸ ਦੇ ਬਾਰੇ ਬਾਪੂ ਤਰਸੇਮ ਸਿੰਘ ਜਿਹੜੇ ਨੇ ਪਹਿਲਾਂ ਹੀ ਸਪਸ਼ਟ ਕਰ ਚੁੱਕੇ ਨੇ, ਪਰ ਫਿਲਹਾਲ ਤੁਹਾਨੂੰ ਪੂਰੀ ਜਾਣਕਾਰੀ ਜਿਹੜੀ ਹੈ ਜ਼ਰੂਰ ਦੇਵਾਂਗੇ ਕਿ NIA ਦੀ ਜਿਹੜੀ ਰੇਡ ਹੈ ਉਹ ਕਿਸ ਬਿਨਾਂ 'ਤੇ ਹੋਈ ਹੈ, ਕੀ ਕਾਰਨ ਰਹੇ ਨੇ NIA ਦੀ ਰੇਡ ਦੇ, ਕਿਸ ਕਾਰਨ ਜਿਹੜੀ ਹੈ ਇਹ ਰੇਡ ਹੋਈ ਹੈ ਤੁਹਾਨੂੰ ਦੱਸਣਾ ਚਾਹਾਂਗੇ। ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੇ ਚਾਚਾ ਦੇ ਘਰ NIA ਨੇ ਛਾਪੇਮਾਰੀ ਕਰ ਦਿੱਤੀ ਹੈ। ਪਰਿਵਾਰਕ ਮੈਂਬਰਾਂ ਦੇ ਅਨੁਸਾਰ ਅੱਜ ਸਵੇਰੇ 5 ਵਜੇ ਜਿਹੜੀ ਹੈ ਇਹ ਛਾਪੇਮਾਰੀ ਕੀਤੀ ਗਈ ਹੈ। ਇਸ ਦੌਰਾਨ ਸੰਸਦ ਮੈਂਬਰ ਦਾ ਚਾਚਾ ਪ੍ਰਗਟ ਸਿੰਘ ਘਰ ਨਹੀਂ ਮਿਲਿਆ। ਇਸ ਤੋਂ ਬਾਅਦ ਟੀਮ ਉਸ ਦੀ ਪਤਨੀ ਅਮਰਜੀਤ ਕੌਰ ਨੂੰ ਪੁੱਛਗਿੱਛ ਲਈ ਬਿਆਸ ਥਾਣੇ ਲੈ ਜਾਂਦੀ ਹੈ। ਉਸ ਤੋਂ ਬਾਅਦ ਅੰਮ੍ਰਿਤਪਾਲ ਸਿੰਘ ਦਾ ਚਾਚਾ ਸੁਖਚੈਨ ਸਿੰਘ ਵੀ ਥਾਣੇ ਪੁੱਜ ਜਾਂਦਾ ਹੈ। ਪ੍ਰਗਟ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਹੈ ਕਿ NIA ਨੇ ਸਵੇਰੇ ਛਾਪੇਮਾਰੀ ਕੀਤੀ ਸੀ। ਪ੍ਰਗਟ ਸਿੰਘ ਰਈਆ ਦੇ ਕਸਬੇ ਦੇ ਵਿੱਚ ਛਾਪੇਮਾਰੀ ਕੀਤੀ ਗਈ। ਪ੍ਰਗਟ ਸਿੰਘ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦਾ ਚਾਚਾ ਜਾਪਦਾ ਹੈ, ਉਹ ਪਿੰਡ ਜੱਲੂਪੁਰ ਦਾ ਰਹਿਣ ਵਾਲਾ ਹੈ। ਉਹਨਾਂ ਕਿਹਾ ਹੈ ਕਿ NIA ਨੇ ਘਰ ਦੀ ਰਸੋਈ ਬੈੱਡਰੂਮ ਆਦਿ ਦੀ ਵੀ ਵਿਆਪਕ ਤਲਾਸ਼ੀ ਲਈ ਹੈ। ਜਾਣਕਾਰੀ ਅਨੁਸਾਰ NIA ਪੰਜਾਬ 'ਚ ਕਈ ਥਾਵਾਂ 'ਤੇ ਸਵੇਰੇ ਹੀ ਛਾਪੇਮਾਰੀ ਕੀਤੀ ਗਈ ਹੈ। NIA ਟੀਮ ਨੇ ਅੰਮ੍ਰਿਤਸਰ ਦੇ ਸੁਲਤਾਨ ਵਿੰਡ, ਰਈਆ, ਘੁਮਾਣ ਅਤੇ ਮੋਗਾ ਦੇ ਸਮਾਲਸਰ ਦੇ ਵਿੱਚ ਛਾਪੇਮਾਰੀ ਕੀਤੀ ਹੈ। NIA ਟੀਮ ਨੇ ਅੱਜ ਸਵੇਰੇ ਕਰੀਬ 6 ਵਜੇ ਮੋਗਾ ਦੇ ਵਿਧਾਨ ਸਭਾ ਹਲਕਾ ਵਾਹਗਾ ਪੁਰਾਣਾ ਦੇ ਕਸਬਾ ਸਮਾਲਸਰ ਦੇ ਵਿੱਚ ਕਮਿਸ਼ਨਰ ਮੱਖਣ ਸਿੰਘ ਮੁਸਾਫਰ ਦੇ ਘਰ ਵੀ ਜਿਹੜਾ ਹੈ ਅਚਾਨਕ ਛਾਪਾ ਮਾਰਿਆ। ਪਰ ਇਸ ਛਾਪੇ ਦਾ ਜੋ ਉਹਨਾਂ ਨੇ ਰੇਡ ਕੀਤੀ ਹੈ ਇਹਦਾ ਕੋਈ ਖਾਸ ਕਾਰਨ ਜਿਹੜਾ ਉਹਨਾਂ ਨੇ ਨਹੀਂ ਦੱਸਿਆ। ਫਿਲਹਾਲ ਜੋ ਇਹ ਕਾਰਨ ਜਿਹੜਾ ਹੈ ਬਿਨਾਂ ਦੱਸੇ ਇਹ ਜਿਹੜੀ ਰੇਡ ਹੋਈ ਹੈ, ਸੋ ਆਖਰ ਕੁਝ ਵੀ ਜਿਹੜਾ ਹੈ ਨਹੀਂ ਮਿਲਿਆ। ਆਖਿਰਕਾਰ ਘਰ ਦੇ ਵਿੱਚ ਜੋ ਵੀ ਹੈ ਸਾਰਾ ਕੁਝ ਫਰੋਲ ਸੁੱਟਿਆ, ਪਰ ਕੁਝ ਵੀ ਹੱਥ ਜਿਹੜਾ ਨਹੀਂ ਲੱਗਿਆ ਅਤੇ ਆਖਰ NIA ਕੁਝ ਵੀ ਨਾਲ ਨਹੀਂ ਲੈ ਕੇ ਗਈ ਹੈ। ਅਤੇ ਅੰਮ੍ਰਿਤਪਾਲ ਦੇ ਹੋਰ ਕਰੀਬੀਆਂ ਦੇ ਘਰਾਂ ਦੇ ਵਿੱਚ ਵੀ ਰੇਡ ਕੀਤੀ ਗਈ ਹੈ। ਸੋ ਹਾਲਾਂਕਿ ਬਿਲਕੁਲ ਕੁਝ ਕਿਸਾਨ ਆਗੂਆਂ ਦੇ ਘਰਾਂ ਦੇ ਵਿੱਚ ਵੀ ਰੇਡ ਹੋਈ ਹੈ। ਮਿਲੀ ਜਾਣਕਾਰੀ ਅਨੁਸਾਰ ਛਾਪੇਮਾਰੀ ਅੰਮ੍ਰਿਤਸਰ ਦੇ ਬਾਬਾ ਬਕਾਲਾ ਸਬ ਡਿਵੀਜ਼ਨ ਦੇ ਵਿੱਚ ਵੀ ਹੋਈ ਹੈ। NIA ਵੱਲੋਂ ਬਾਘਾ ਪੁਰਾਣਾ ਦੇ ਸਮਾਲਸਰ ਦੇ ਵਿੱਚ ਮੱਖਣ ਸਿੰਘ ਕਵੀਸ਼ਰ ਦੇ ਘਰ ਵੀ NIA ਦੀ ਰੇਡ ਹੋਈ ਹੈ। ਸੋ ਹਾਲਾਂਕਿ ਕੋਨੇ ਕੋਨੇ ਦੀ ਜਾਂਚ ਕੀਤੀ ਗਈ, ਟੀਮ ਵੱਲੋਂ ਘਰ ਦੇ ਵਿੱਚ ਪਿਆ ਇੱਕ DVRB ਕਬਜ਼ੇ ਦੇ ਵਿੱਚ ਲੈ ਲਏ ਗਏ ਅਤੇ ਅੰਮ੍ਰਿਤਸਰ ਦੇ ਹੋਰ ਵੀ ਕਈ ਇਲਾਕੇ ਹੈ ਜਿਵੇਂ ਕਿ ਰਈਆ ਦੇ ਇੱਕ ਫਰਨੀਚਰ ਵਪਾਰੀ ਦੇ ਘਰ ਵੀ ਜਿਹੜੀ ਹੈ NIA ਨੇ ਟੀਮ ਭੇਜੀ, ਉੱਥੇ ਵੀ ਜਿਹੜੀ ਹੈ ਬਿਲਕੁਲ ਛਾਪੇਮਾਰੀ ਹੋਈ ਹੈ। ਕੁਝ ਨਾ ਕੁਝ ਜਿਹੜਾ ਹੈ ਖੰਗਾਲਣ ਦੀ ਕੋਸ਼ਿਸ਼ ਕੀਤੀ ਗਈ, ਪਰ ਫਿਲਹਾਲ ਕੁਝ ਵੀ ਹੱਥ ਬੱਲੇ ਜਿਹੜਾ ਹੈ ਨਹੀਂ ਲੱਗਿਆ। ਅੰਮ੍ਰਿਤਪਾਲ ਸਿੰਘ ਦੇ ਹੋਰ ਵੀ ਰਿਸ਼ਤੇਦਾਰਾਂ ਦੇ ਘਰ ਜਿਹੜੀ ਹੈ ਇੱਕ ਸਪੈਸ਼ਲ ਟੀਮ ਗਈ NIA ਦੀ ਅਤੇ ਉੱਥੋਂ ਜਿਹੜੀ ਹੈ ਗੱਲਬਾਤ ਹੋਈ ਹੈ। ਸੋ ਕੋਈ ਕੁਝ ਵੀ ਜਿਹੜਾ ਹੈ ਉੱਥੋਂ ਨਹੀਂ ਮਿਲਿਆ। ਚਾਚੀ ਅਤੇ ਚਾਚੇ ਦੇ ਘਰ ਵੀ ਜਿਹੜੀ ਹੈ ਰੇਡ ਹੋਈ ਹੈ, ਉਹਨਾਂ ਨੂੰ ਵੀ ਹਿਰਾਸਤ ਦੇ ਵਿੱਚ ਕੁਝ ਦੇਰ ਲਈ ਰੱਖਿਆ ਗਿਆ। ਸੋ ਹਾਲਾਂਕਿ ਬਿਲਕੁਲ ਪੁੱਛਗਿੱਛ ਜਿਹੜੀ ਹੈ ਹੋਈ ਹੈ। ਪੰਜਾਬ ਦੇ ਵਿੱਚ NIA ਨੇ ਵੱਡਾ ਐਕਸ਼ਨ ਕੀਤਾ ਹੈ, ਕਈ ਥਾਵਾਂ 'ਤੇ ਛਾਪੇਮਾਰੀ ਹੋਈ ਹੈ, ਖਾਸ ਕਰਕੇ ਅੰਮ੍ਰਿਤਪਾਲ ਸਿੰਘ ਦੇ ਜੋ ਪਰਿਵਾਰਕ ਮੈਂਬਰ ਨੇ ਉਹਨਾਂ ਦੇ ਘਰ ਹੀ ਜਿਹੜੀਆਂ ਛਾਪੇ ਮਾਰੀਆਂ ਹੋਈਆਂ ਨੇ।
ਕੇਂਦਰੀ ਜਾਂਚ ਏਜੰਸੀ NIA ਦੇ ਵੱਲੋਂ ਪੰਜਾਬ ਦੇ ਵਿੱਚ ਵੱਖ-ਵੱਖ ਥਾਵਾਂ ਤੇ ਰੇਡ ਦੌਰਾਨ ਖਡੂਰ ਸਾਹਿਬ ਤੋਂ ਸੰਸਦ ਅੰਮ੍ਰਿਤਪਾਲ ਸਿੰਘ ਦੇ ਰਿਸ਼ਤੇਦਾਰ ਸਮੇਤ ਜਾਣਕਾਰਾਂ ਅਤੇ ਸਮਰਥਕਾਂ ਦੇ ਘਰਾਂ ਤੇ ਰੇਡ ਕੀਤੀ ਗਈ ਹੈ, ਜੋ ਕਿ ਕਾਫੀ ਸਮਾਂ ਜਾਰੀ ਰਹੀ। ਅੰਮ੍ਰਿਤਪਾਲ ਸਿੰਘ ਦੇ ਚਾਚਾ ਨੂੰ NIA ਦੇ ਅਧਿਕਾਰੀਆਂ ਵੱਲੋਂ ਨਾਲ ਲੈ ਕੇ ਜਾਣ ਦੀ ਗੱਲ ਵੀ ਜਿਹੜੀ ਹੈ ਸਾਹਮਣੇ ਆਈ ਹੈ। ਦੱਸ ਦਈਏ ਕਿ ਅੰਮ੍ਰਿਤਸਰ ਸਮੇਤ ਪੰਜਾਬ ਦੇ ਵਿੱਚ ਵੱਖ-ਵੱਖ ਥਾਵਾਂ ਤੇ ਅੰਮ੍ਰਿਤਪਾਲ ਸਿੰਘ ਦੇ ਚਾਚਾ ਸੁਖਚੈਨ ਸਿੰਘ ਅਤੇ ਜੀਜੇ ਦੇ ਘਰ ਵੀ ਰੇਡ ਕੀਤੀ ਗਈ ਹੈ। ਜਾਣਕਾਰੀ ਅਨੁਸਾਰ ਅੰਮ੍ਰਿਤਸਰ ਦੇ ਵਿੱਚ ਰਈਆ ਨੇੜੇ ਫੋਰੋਮੋਨ ਰੋਡ ਤੇ ਅੰਮ੍ਰਿਤਪਾਲ ਸਿੰਘ ਦੇ ਚਾਚਾ ਪ੍ਰਗਟ ਸਿੰਘ ਦੇ ਘਰ ਵੀ ਛਾਪੇਮਾਰੀ ਹੋਈ ਹੈ। ਪ੍ਰਗਟ ਸਿੰਘ ਦਾ ਚਾਚਾ ਜਿਹੜਾ ਹੈ ਫਰਨੀਚਰ ਦਾ ਕੰਮ ਕਰਦਾ ਹੈ। ਚਾਚਾ ਘਰ ਨਾ ਮਿਲਣ ਤੋਂ ਬਾਅਦ ਪੁਲਿਸ ਵੱਲੋਂ ਅੰਮ੍ਰਿਤਪਾਲ ਦੀ ਚਾਚੀ ਅਮਰਜੀਤ ਕੌਰ ਨੂੰ ਪੁੱਛਗਿੱਛ ਲਈ ਹਿਰਾਸਤ ਦੇ ਵਿੱਚ ਲੈ ਲਿਆ ਗਿਆ। ਜਦੋਂ ਕਿ ਦੂਸਰੀ ਛਾਪੇਮਾਰੀ ਅੰਮ੍ਰਿਤਸਰ ਦੇ ਸਠਿਆਲਾ ਨੇੜੇ ਬੁਤਾਲਾ ਦੇ ਵਿੱਚ ਅੰਮ੍ਰਿਤਪਾਲ ਦੇ ਜੀਜੇ ਦੇ ਘਰ ਅਤੇ ਤੀਜੀ ਛਾਪੇਮਾਰੀ ਮਹਿਤਾ ਦੇ ਵਿੱਚ ਅੰਮ੍ਰਿਤਪਾਲ ਦੇ ਜੀਜੇ ਦੇ ਜਿਹੜੇ ਆ ਜੀਜੀ ਘਰੋਂ ਕੀਤੀ ਗਈ। ਤਿੰਨੋਂ ਛਾਪੇ ਅੰਮ੍ਰਿਤਪਾਲ ਦੇ ਨਾਲ ਜੁੜੇ ਹੋਏ ਨੇ। ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਸ ਛਾਪੇਮਾਰੀ ਦੇ ਵਿੱਚ NIA ਨੂੰ ਅੰਮ੍ਰਿਤਪਾਲ ਸਿੰਘ ਨੂੰ ਵਿਦੇਸ਼ੀ ਫੰਡਿੰਗ ਦੇ ਨਾਲ ਜੁੜੇ ਸਬੂਤ ਅਤੇ ਜਾਣਕਾਰੀ ਲੱਭਣ ਲਈ ਕੀਤੀ ਗਈ ਹੈ। ਇਸ ਤੋਂ ਇਲਾਵਾ ਘਨੌਰ ਹਲਕੇ ਦੇ ਕੁੱਥਾ ਖੇੜੀ ਪਿੰਡ ਵਿੱਚ ਵੀ NIA ਵੱਲੋਂ ਰੇਡ ਮਾਰੀ ਗਈ। ਇਹ ਰੇਡ ਜਤਿੰਦਰ ਸਿੰਘ ਦੇ ਘਰ ਮਾਰੀ ਗਈ ਹੈ, ਜੋ ਕਿ ਅੰਮ੍ਰਿਤਪਾਲ ਸਿੰਘ ਦਾ ਸਮਰਥਕ ਦੱਸਿਆ ਜਾਂਦਾ ਹੈ। ਅਧਿਕਾਰੀਆਂ ਵੱਲੋਂ ਘਰ ਦੀ ਬਾਰੀਕੀ ਦੇ ਨਾਲ ਜਾਂਚ ਕੀਤੀ ਗਈ ਹੈ। ਉਧਰ ਦੂਜੇ ਪਾਸੇ ਜੇ ਗੱਲ ਕਰੀਏ ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਵਾਰਸ ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਨਾਲ ਸੰਬੰਧਿਤ ਹੋਣ ਕਾਰਨ ਵਾਰਸ ਦੇ ਖਾਤੇ ਦੇ ਵਿੱਚ ਪਏ ਪੈਸੇ ਸੰਬੰਧੀ ਵੀ ਜਾਂਚ ਕੀਤੀ ਜਾ ਰਹੀ ਹੈ। NIA ਦੀ ਇਸ ਕਾਰਵਾਈ ਤੇ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਨੇ ਕਿਹਾ ਹੈ ਇਹ ਉਹਨਾਂ ਦੇ ਪਰਿਵਾਰ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਅੰਮ੍ਰਿਤਪਾਲ ਸਮਰਥਕਾਂ ਨੂੰ ਡਰਾਇਆ ਤੇ ਧਮਕਾਇਆ ਜਾ ਰਿਹਾ ਹੈ। ਇਸ ਰੇਡ ਦੇ ਨਾਲ ਉਹਨਾਂ ਦੱਸਿਆ ਹੈ ਕਿ ਉਹਨਾਂ ਦੇ ਜਵਾਈ ਦੇ ਘਰ ਵੀ ਰੇਡ ਕੀਤੀ ਗਈ ਹੈ, ਜੋ ਕਿ ਇਸ ਸਮੇਂ ਵਿਦੇਸ਼ ਦੇ ਵਿੱਚ ਹੈ। ਉੱਥੇ ਉਹਨਾਂ ਦੇ ਭਰਾ ਤੇ ਭਰਜਾਈ, ਬੱਚੇ ਅਤੇ ਮਾਤਾ ਰਹਿੰਦੇ ਨੇ। ਉਹਨਾਂ ਦੱਸਿਆ ਹੈ ਕਿ ਇਸ ਦੌਰਾਨ NIA ਦੇ ਅਧਿਕਾਰੀ ਮੋਬਾਈਲ, ਪੈਨ ਡਰਾਈਵ, USB, DVR ਆਦਿ ਜਿੱਥੇ ਕਿ NIA ਵੱਲੋਂ ਲੈ ਕੇ ਚਲੇ ਗਏ ਨੇ। ਦੱਸ ਦਈਏ ਕਿ ਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਅੰਮ੍ਰਿਤਪਾਲ ਸਿੰਘ ਅਤੇ ਉਸਦੇ ਸਾਥੀ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਨੇ ਅਤੇ ਉਹਨਾਂ ਉੱਪਰ ਨੈਸ਼ਨਲ ਸਿਕਿਉਰਿਟੀ ਐਕਟ NSA ਜਿਹੜਾ ਹੈ ਲੱਗਿਆ ਹੋਇਆ ਹੈ। ਸੋ ਆਖਿਰਕਾਰ ਫਿਰ ਵੀ NIA ਦੀ ਰੇਡ ਜਿਹੜੀ ਹੈ ਕਾਫੀ ਵੱਡੇ ਸਵਾਲਾਂ ਦੇ ਘੇਰੇ ਦੇ ਵਿੱਚ ਘਿਰ ਗਈ ਹੈ। ਉਧਰ ਦੂਜੇ ਪਾਸੇ ਦਿੱਲੀ ਦੀ ਇੱਕ ਅਦਾਲਤ ਨੇ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਇੱਕ ਮਾਮਲੇ ਦੇ ਵਿੱਚ ਅੱਜ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਦੇ ਖਿਲਾਫ ਹੱਤਿਆ ਅਤੇ ਹੋਰ ਅਪਰਾਧਾਂ ਦੇ ਵਿੱਚ ਦੋਸ਼ ਤੈਅ ਕਰ ਦਿੱਤੇ ਨੇ। ਪੀੜਤਾ ਦੇ ਵਕੀਲ HS ਫੂਲਕਾ ਨੇ ਦੱਸਿਆ ਹੈ ਕਿ ਜਗਦੀਸ਼ ਟਾਈਟਲਰ ਨੂੰ ਚਾਰਜਸ਼ੀਟ ਦੀ ਕਾਪੀ ਦਿੱਤੀ ਗਈ ਹੈ ਅਤੇ ਉਸਨੇ ਇਲਜ਼ਾਮਾਂ ਨੂੰ ਮੰਨਣ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ। ਹੁਣ ਇਹ ਕੇਸ ਗਵਾਹੀਆਂ ਲਈ ਜਾਵੇਗਾ। 3 ਅਕਤੂਬਰ ਨੂੰ ਪਹਿਲੀ ਗਵਾਹੀ ਬਾਦਲ ਸਿੰਘ ਦੀ ਪਤਨੀ ਲਖਵਿੰਦਰ ਕੌਰ ਦੀ ਹੋਵੇਗੀ, ਜਿਸ ਤੇ ਪਤੀ ਨੂੰ ਪੁਲ ਬੰਗਸ ਦੇ ਵਿੱਚ 3 ਸਿੱਖਾਂ ਦੇ ਨਾਲ ਮਾਰਿਆ ਗਿਆ ਸੀ। ਵਕੀਲ HS ਫੂਲਕਾ ਨੇ ਹੈਰਾਨੀ ਅਤੇ ਨਾਰਾਜ਼ਗੀ ਜਤਾਈ ਹੈ ਕਿ 40 ਸਾਲ ਪੁਲ ਬੰਗਸ ਕੇਸ ਦੀ ਸੁਣਵਾਈ ਸ਼ੁਰੂ ਹੋਈ ਹੈ। ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕੋਈ ਪਾਵਰਫੁੱਲ ਸ਼ਖਸ ਆਪਣੀ ਤਾਕਤ ਦੇ ਨਾਲ ਕੇਸ ਨੂੰ ਆਪਣੇ ਹਿਸਾਬ ਨਾਲ ਮੋੜ ਸਕਦਾ ਹੈ। ਉਹਨਾਂ ਕਿਹਾ ਹੈ ਕਿ ਹੁਣ ਸਾਨੂੰ ਉਮੀਦ ਹੈ ਕਿ ਜਗਦੀਸ਼ ਟਾਈਟਲਰ ਵੀ ਜਲਦੀ ਹੀ ਸਲਾਖਾਂ ਦੇ ਪਿੱਛੇ ਹੋਵੇਗਾ, ਜਿਵੇਂ ਸੱਜਣ ਕੁਮਾਰ ਜਾ ਚੁੱਕਿਆ ਹੈ। ਸੋ ਆਖਿਰਕਾਰ ਇਨਸਾਫ ਜਿਹੜਾ ਹੈ ਜ਼ਰੂਰ ਹੋਵੇਗਾ। 1984 ਦੇ ਪੀੜਤ ਪਰਿਵਾਰਾਂ ਨੂੰ ਜਿਹੜਾ ਹੈ ਹੁਣ ਇਨਸਾਫ ਮਿਲ ਸਕਦਾ ਹੈ, ਇਹ ਆਸ ਜਿਹੜੀ ਹੈ ਜਤਾਈ
ਜਾ ਰਹੀ ਹੈ। ਸੋ ਮਿਲਦੇ ਹਾਂ ਜੀ ਨਵੀਂ ਅਪਡੇਟ ਦੇ ਨਾਲ, ਤਦ ਤੱਕ ਲਈ ਧੰਨਵਾਦ।